ਗਾਇਸ ਕਮੈਂਟ ਡਾਊਨ ਕਰੋ ਕਾਲੂ। ਸੋ ਹੇ ਗਾਇਸ ਵੈਲਕਮ ਬੈਕ ਟੂ ਆਰ ਚੈਨਲ, ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਹਾਂਜੀ ਹਾਂਜੀ, ਮੈਂ ਬਹੁਤ ਵਧੀਆ ਤੁਹਾਡੇ ਪਿਆਰ ਤੇ ਤੁਹਾਡੀ ਦੁਆ ਦੇ ਨਾਲ। ਸੋ ਗਾਇਸ, ਦੁਨੀਆ ਦਾ ਮਹਾ ਬੇਕਾਰ, ਮਹਾ ਫੁੱਦੂ, ਸਭ ਤੋਂ ਗੰਦਾ ਕੁੱਤਾ ਇਨਸਾਨ, ਲੁੱਚਾ ਇਨਸਾਨ ਇਹੀ ਹੈ। ਮੈਂ ਕਹਿੰਦਾ ਦਿਮਾਗ ਨਾ ਖਰਾਬ ਕਰੀ। ਚੱਲ ਭਾਜੀ, ਕਿੰਨੀ ਦੇਰ ਵੇਟ ਕੀਤੀ ਤੁਸੀਂ ਬਾਹਰ? ਇੱਕ ਸਵਾ ਘੰਟਾ। ਇੰਨਾ ਟਾਈਮ ਇਹਨੂੰ ਬੰਦਾ ਪੁੱਛੇ ਤੂੰ ਕੁੜੀ ਆ? ਭਾਜੀ ਮੇਰੀ ਇੱਕ ਗੱਲ ਸੁਣੋ ਯਾਰ, ਹੁਣ ਮੈਂ ਆਪਣੇ ਫੇਸ ਦੇ ਸਾਹਮਣੇ ਜਿਹੜੀ ਚੀਜ਼ ਮੈਨੂੰ ਜੱਚੂਗੀ, ਹੁਣ ਮੇਰਾ ਰੰਗ ਤੁਹਾਨੂੰ ਬੜਾ ਸਾਵਲਾ। ਹੁਣ ਭਾਈ ਗੋਰੇ ਰੰਗ ਦੇ ਹਰ ਇੱਕ ਚੀਜ਼ ਜੱਚ ਜਾਂਦੀ ਹੈ। ਐਦਾਂ ਨਹੀਂ ਹੁੰਦਾ ਓਏ, ਮੈਂ ਭਾਈ ਹੁਣ ਦੇਖ ਕੇ ਚੀਜ਼ ਲੈਣੀ। ਉਹ ਬਸ ਕਰ, ਇੰਨਾ ਕੁ ਜ਼ਿਆਦਾ ਮੈਂ ਅੱਜ ਕਸਮ ਲੱਗੇ, ਜਿਹਦੀ ਮਰਜ਼ੀ ਕਸਮ ਲੱਗੇ, ਅੱਜ ਤੋਂ ਬਾਅਦ ਇਹਨਾਂ ਕੱਪੜੇ ਲੈਣ ਨਹੀਂ ਆਣਾ ਭਾਈ। ਮੇਰੇ ਨਾਲ ਆ ਜੇ ਤਾਂ ਠੀਕ, ਨਹੀਂ ਤਾਂ ਮੈਂ ਤਾਂ ਇਹਦੇ ਨਾਲ ਕਦੀ ਜ਼ਿੰਦਗੀ 'ਚ ਨਾ ਜਾਵਾਂ। ਓਏ ਨਾ ਓਏ, ਓਏ ਚੱਲ ਓਏ, ਤੈਨੂੰ ਇੱਕ ਤਾਂ ਦੁਕਾਨ ਤੋਂ ਇੰਨਾ ਲੈਸ ਕਰਾਤੀ, ਦੱਸ ਬਸ ਕਰ। ਘਰ ਜਾ ਕੇ ਅੰਸ਼ੂ ਨੂੰ ਪੁੱਛ ਲਈ, ਜਾ ਕੇ ਮੈਂ ਦੋ ਵਲੋਗ ਐਡਿਟ ਕੀਤੇ, ਇਹ ਵਾਲਾ ਜਿਹੜਾ ਇਸ ਤੋਂ ਪਹਿਲਾਂ ਵਲੋਗ ਪਾਇਆ ਨਾ ਸਕੈਮ ਵਾਲਾ, ਉਹ ਵੀ ਮੈਨੂੰ ਇਹਦੇ ਕਰਕੇ ਪਾਉਣਾ ਪਿਆ ਜਲਦੀ ਜਲਦੀ, ਕਿਉਂਕਿ ਜਨਾਨੀ ਤੇ ਹੈਗਾ ਵਾ, ਘੰਟਾ ਘੰਟਾ ਲਾ ਕੇ ਤੇ ਸ਼ੋਪਿੰਗ ਕਰਨੀ ਇਹਨਾਂ ਨੇ। ਮੈਂ ਗਿਆ ਉਹਨਾਂ ਨੇ 15 ਮਿੰਟਾਂ 'ਚ ਠਾਹ ਕਰਕੇ ਆਣਾ ਸੀ ਕੱਪੜੇ। ਚੱਲ ਤੇਰੇ ਕੋਈ ਵੀ ਜੱਚ ਜਾਣਾ, ਮੈਂ ਆਪਣਾ ਹਿਸਾਬ ਦੇ ਕੇ ਲੈਣੇ ਆ। ਕਾਲੂ ਕੱਪੜੇ ਬੇਕਾਰ ਆ ਯਾਰ, ਬੇਕਾਰ ਇਨਸਾਨ ਆ ਯਾਰ, ਤੂੰ ਮੇਰੀ ਨਜ਼ਰਾਂ ਸਾਹਮਣੇ ਡਿੱਗ ਗਿਆ ਵਾ। ਇੰਨਾ ਟਾਈਮ ਲਾਈਕ ਸੀਰੀਅਸਲੀ, ਇੱਕ 15 ਮਿੰਟ ਦੀ ਸ਼ੋਪਿੰਗ ਨੂੰ ਤੂੰ ਸਵਾ ਗਿਆ? ਹੁਣ ਇਹਦਾ ਕੀ ਕਸੂਰ ਹੀ ਭਰਾਵਾ, ਇਹਦਾ ਕੀ ਕਸੂਰ ਹੀ, ਮੈਨੂੰ ਦੱਸ ਦੇ। ਛੱਡਿਆ ਕਰ, ਘਰੇ ਜਾ ਕੇ ਦੱਸ ਦੇ, ਜਾ ਮੰਮੀ ਨੂੰ ਸ਼ਿਕਾਇਤ ਲਾਣੀ ਕੀ ਕਹੇਗਾ? ਤੇ ਮੈਂ ਮੰਮੀ ਨੂੰ ਮੇਰਾ ਪਤਾ ਵਾ ਕਿ ਮੈਂ ਇਹੀ ਕਹਿਣਾ ਵਾ ਕਿ ਮੰਮੀ ਨੂੰ ਪਤਾ ਮੈਂ 15-20 ਮਿੰਟਾਂ 'ਚ ਵਿਹਲਾ ਹੋਇਆ, ਬੇਕਾਰ ਇਨਸਾਨ। ਸੋ ਗਾਇਜ਼, ਹੁਣ ਮੈਂ ਜਾ ਰਿਹਾ ਘਰ ਜਾ ਕੇ ਤੁਹਾਡੇ ਸਾਰੇ ਦੇ ਅੱਜ ਪੜਾਂਗੇ ਪਿਆਰੇ ਪਿਆਰੇ ਕਮੈਂਟ। ਇਹਦੇ ਕਰਕੇ ਮੇਰਾ ਮੂਡ ਥੋੜਾ ਜਿਹਾ ਅਪਸੈਟ ਆ, ਕਿਉਂਕਿ ਇਹ ਹੈਗਾ ਬਈ ਬੇਕਾਰ ਬੰਦਾ, ਮੇਰਾ ਦਿਮਾਗ ਨਾ ਖਰਾਬ। ਕਾਲੂ ਇਹ ਹੈਗਾ, ਕਾਲੂ ਗਾਇਜ਼, ਕਾਲੂ ਇੱਥੇ, ਕਾਲੂ ਹੀ ਆ ਤੂੰ। ਤੇ ਹੁਣ ਮੈਂ ਜਾ ਰਿਹਾ ਘਰ ਤੇ ਸਿੱਧਾ ਤੁਹਾਨੂੰ ਘਰ ਜਾ ਕੇ, ਮਤਲਬ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ, ਚੱਲੇ ਕਾਲੂ। ਓਕੇ ਗਾਇਜ਼, ਮਿਲਦੇ ਆ। ਇਹਨੇ ਗਲਤੀ ਨਹੀਂ ਮੰਨੀ, ਇਹਨੇ ਬੈਂਸੀ ਜਾਣਾ, ਬੋਲ 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 ਬੋਲ, ਹੁਣ ਚੁੱਪ ਕਰ, ਤੂੰ ਕਰ ਗਿਆ ਵਾ ਬੋਲ। ਪਤਾ ਨਾ ਉਹਨਾਂ ਨੇ ਕਾਲੂ ਕਹਿਣਾ, ਹੁਣ ਗੱਲ ਭੰਡਿਆ ਵਾ। ਇਹ ਹੁਣੇ ਜੋਲੀ ਭਾਈ ਨੂੰ ਕਹਿੰਦਾ ਬਈ ਭਾਜੀ, ਇੱਕ ਸਾਵਲੇ ਰੰਗ 'ਚ ਤੇ ਗੋਰੇ ਰੰਗ 'ਚ ਫਰਕ ਹੁੰਦਾ ਵਾ, ਜੀ ਹੁੰਦਾ ਵਾ, ਹੁੰਦਾ ਕਿਹੜੇ ਪਾਸੋਂ ਯਾਰ ਕਾਲਾ, ਤੂੰ ਮੈਨੂੰ ਇਹ ਦੱਸ ਦੇ। ਯਾਰ ਮੈਨੂੰ ਮੇਰਾ ਰੰਗ ਦਾ ਪਤਾ। ਬਸ ਕਰ ਓਏ, ਤੈਨੂੰ ਯਾਦ ਨਾ ਉਧਰ ਜਦੋਂ ਵਿਆਹ ਸੀਗਾ ਪਿੱਛੇ ਅੰਸ਼ੂ ਦਾ, ਜਦੋਂ ਮੈਂ ਯੈਲੋ ਕੁੜਤਾ ਪਜਾਮਾ ਸਵਾਇਆ ਸੀਗਾ? ਓਏ ਉਦੋਂ ਗਰਮੀਆਂ ਸੀ, ਉਦੋਂ ਗਰਮੀਆਂ ਹੋ ਚੁੱਕੀਆਂ, ਗਰਮੀਆਂ 'ਚ ਤੇਰਾ ਰੰਗ ਕਾਲਾ ਹੀ ਹੁੰਦਾ। ਕਿੱਥੇ ਹੈ ਗਰਮੀ, ਕਿੱਥੇ ਹੈ ਹੋਰ, ਮੈਂ ਸਰਦੀਆਂ ਦੇ ਕੱਪੜੇ ਲਿੱਤੇ ਆ। ਯਾਰ ਤੂੰ ਹੈਗਾ ਵਾ ਬੇਕਾਰ ਬੰਦਾ, ਮੇਰੀ ਨਜ਼ਰਾਂ ਸਾਹਮਣੇ ਤੂੰ ਫੇਰ ਤੋਂ ਇੱਕ ਵਾਰੀ ਡਿੱਗ ਗਿਆ ਵਾ, ਤੂੰ ਗੱਲ ਕਿੱਦਾਂ ਕਹਿ? ਮੈਂ ਕੈਮਰਾ ਬੰਦ ਕਰਨਾ ਗਾਇਜ਼, ਇਹਨੇ ਫੇਰ ਭੌਂਕਣਾ ਵਾ। ਹੱਦ ਆ ਯਾਰ ਪਰਮਾਤਮਾ, ਲਾਈਕ ਸੀਰੀਅਸਲੀ, ਇੰਨਾ ਖੱਚ ਦਿਮਾਗ ਹੋ ਸਕਦਾ ਕਿਸੇ ਦਾ? ਸੋ ਯਾਰ, ਹੁਣ ਆਪਾਂ ਸਿੱਧਾ ਤੁਹਾਨੂੰ ਘਰ ਜਾ ਕੇ ਮਿਲਦੇ ਆ, ਐਨ ਤਾਂ ਮੂਡ ਖਰਾਬ ਕਰ ਹੀ ਦਿੱਤਾ ਮੇਰਾ। ਓਏ ਮੈਂ ਕੁਛ ਨਹੀਂ, ਚੱਲ ਗੰਦਾ ਬੰਦਾ ਨਹੀਂ ਮੈਂ ਦੇਖਿਆ ਅੱਜ ਤੋਂ ਬਾਅਦ, ਨਹੀਂ 3 ਦਿਨ ਹੋ ਗਏ ਮੇਰਾ ਸਿਰ ਖਾਂਦਾ ਪਿਆ। ਮੈਨੂੰ ਲੈ ਜਾ ਸ਼ੋਪਿੰਗ ਕਰਾ ਦੇ, ਲੈ ਜਾ ਸ਼ੋਪਿੰਗ ਕਰਾ ਦੇ। ਸ਼ੋਪਿੰਗ ਕਰਾਉਣ ਕੀ ਲੈ ਗਿਆ ਵਾਂ, ਘੰਟਾ ਇੱਕ ਵੇਸਟ ਕਰਤਾ ਜ਼ਿੰਦਗੀ। ਮੈਨੂੰ ਸਭ ਤੋਂ ਜ਼ਿਆਦਾ ਰਿਗਰੈਟ ਕੋਈ ਪੁੱਛੂਗਾ ਨਾ, ਕੀ ਰਿਗਰੈਟ ਅੰਕੂ ਤੈਨੂੰ ਲਾਈਫ ਦੇ ਵਿੱਚ? ਮੈਂ ਇਹੀ ਕਹਾਂਗਾ ਕਿ ਮੈਂ ਨਾਵੀ ਦੇ ਨਾਲ 1 ਘੰਟਾ ਜਿਹੜੀ ਸ਼ੋਪਿੰਗ ਕਰਕੇ ਆਇਆ, ਮੈਨੂੰ ਉਹਦਾ ਰਿਗਰੈਟ। ਮੈਂ ਖੜਾ ਖੜਾ ਥੱਕ ਗਿਆ ਸੀਗਾ ਯਾਰ, ਇਹ ਕਹਿੰਦਾ ਅਗਲਾ ਦਿਖਾਓ, ਅਗਲਾ ਦਿਖਾਓ, ਲਾਈਕ ਸੀਰੀਅਸਲੀ, ਇੰਨੇ ਵਧੀਆ ਵਧੀਆ ਆਰਟੀਕਲ ਵੀ ਇਹਨੇ ਇੱਦਾਂ ਸਕਿਪ ਕੀਤੇ ਨਾ। ਮੈਂ ਹਰੇ, ਪੀਲੇ, ਪੀਲਾ ਕਲਰ, ਹਰਾ ਕਲਰ ਮੈਂ ਨਹੀਂ ਪਾਉਂਦਾ, ਮੇਰਾ ਰੰਗ ਨਹੀਂ ਦਿੱਦਾ ਉਹਦੇ 'ਚ। ਓ ਯਾਰ, ਮੈਂ ਕੱਲਾ ਕੱਪੜਾ ਹੀ ਦਿਖਣਾ ਹੀ ਪਾਇਆ। ਕੌਨਫੀਡੈਂਸ ਹੋਣਾ ਚਾਹੀਦਾ ਵਾ, ਕੌਨਫੀਡੈਂਸ ਇਹੋ ਜਿਹਾ, ਕੌਨਫੀਡੈਂਸ ਕੀ ਕਰਨਾ, ਬੰਦਾ ਕੱਪੜਾ ਪਾਇਆ ਸੋਹਣਾ ਤੇ ਲੱਗੇ ਰੰਗ ਤੇ। ਯਾਰ ਤੂੰ ਹੈਗਾ ਵਾ ਬੇਕਾਰ ਯਾਰ, ਮੇਨਾ ਬੋਲ ਨਾ ਫਾਲਤੂ, ਮੈਂ ਕਾਲੂ ਗਾਇਸ, ਕਾਲੂ ਗਾਇਸ, ਕਾਲੂ ਹੈ, ਬਸ ਗੱਲ ਖਤਮ ਹੋ ਗਈ। ਹੁਣ ਸਿੱਧਾ ਤੁਹਾਨੂੰ ਘਰ ਜਾ ਕੇ ਮਿਲਦੇ ਆ, ਤੂੰ ਕਾਲੂਗਾ। ਆ ਗਿਆ ਕਾਲੂ, ਤੇਰੇ ਚੱਕਰ ਦੇ ਵਿੱਚ ਨਾ ਇਹ ਫੰਕਸ਼ਨ ਸਕਿਪ ਕੀਤਾ ਮੈਂ, ਨਹੀਂ ਤਾਂ ਮੈਂ ਰੋਟੀ ਖਾ ਲੈਣੀ ਹੈ ਤੱਕ। ਰੋਟੀ ਮੈਂ ਕਿਹਾ ਰੋਟੀ ਖਾ ਲੈਣੀ, ਵਾਕੇ ਵਾਕੇ ਯਾਰ ਬੇਕਾਰ ਇਨਸਾਨ, ਰੋਟੀ ਖਾਣੇ। ਚੱਲ ਚੱਲ ਅੰਦਰ ਚੱਲ, ਆ ਮੈਂ ਦੱਸਦਾ ਹਾਂ।
ਚੱਲ ਅੰਮੀ, ਇੰਨਾ ਕੁ ਜ਼ਿਆਦਾ ਬੇਕਾਰ ਇਨਸਾਨ ਮੈਂ ਨਹੀਂ ਦੇਖਿਆ। ਵੀ ਆ ਗਿਆ ਬਾਬੇ ਚ ਕੱਪੜੇ ਆ ਤੇਰੇ ਨੀ ਹੈਗੇ, ਕਹਿੰਦਾ ਘੰਟਾ ਲਾਤਾ ਉੱਥੇ। ਮੰਮੀ ਕਿੰਨਾ ਟਾਈਮ ਹੋ ਗਿਆ ਦੱਸਿਓ, 3 ਵਜੇ ਤਾਂ ਗਿਆ ਨਾ ਮੈਂ। ਤੇ ਫਿਰ ਕਿਉਂ ਕੱਪੜੇ ਚੂਜ਼ ਕਰਕੇ ਲੈਣੇ, ਫਿਰ ਕਿਉਂ ਗਿਆ? ਗੱਲ ਸੁਣੋ, ਮੈਂ ਇਹਨੂੰ ਕਿਹਾ ਕਿ ਮੈਂ ਹਰੇ ਪੀਲੇ ਕੱਪੜੇ ਨਹੀਂ ਪਾਉਂਦਾ ਕਿ ਮੇਰੇ ਰੰਗ ਤੇ ਨਹੀਂ ਜਿੱਚਦੇ। ਮੈਂ ਹੁਣ ਤਾਂ ਨਾ ਦੇਖ ਕੇ ਲੈਣੇ, 1.5 ਘੰਟਾ ਉੱਥੇ ਖੜਾ ਹੋ ਗਿਆ ਸਾਈਡ ਤੇ। ਹੁਣ ਜਿਹੜੇ ਇਹਨੇ ਪਸੰਦ ਕੀਤੇ ਮੈਂ ਉਹੀ ਲਿੱਤੇ ਸਾਰੇ। ਇਹਦਾ ਕੋਈ ਕਸੂਰ ਨਹੀਂ ਹੈਗਾ, ਜਦੋਂ ਆਪਾਂ ਜਾਂਦੇ ਸਾਡੇ ਨਾਲ ਇਦਾਂ ਹੀ ਕਰਦਾ। ਬਿਲਕੁਲ ਮੰਮੀ, ਹੁਣ ਦੇਖਿਓ ਆਪੇ ਨਾ ਇਹਦੇ ਮੂੰਹ ਤੇ ਚੰਡ ਮਾਰ ਦਿਓ। ਖੋਲੀ ਖੋਲ 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 ਖੋਲ, ਤੈਨੂੰ ਸੋਹਣਾ ਲੱਗੇ ਖੋਲ ਦੇ। ਵਾਈਟ ਪਾਨਾ ਮੈਂ ਹੈ, ਇਹ ਦੇਖੋ ਵਾਈਟ ਕਲਰ ਹੈ, ਸੋਹਣਾ ਵਾ ਸਟੱਫ, ਬਹੁਤ ਸੋਹਣਾ ਵਾ। ਏਦਾਂ ਇਹ ਫਰੰਟ ਹੈ, ਠੀਕ ਹੈ, ਬੈਕ ਆ ਬਹੁਤ ਸੋਹਣੀ ਹੈ। ਕਾਤੋਂ ਲਿੱਤਾ ਵਾ, ਸੇਮ ਡਿਜ਼ਾਈਨ, ਗ੍ਰੇ ਸੋਹਣਾ ਲੱਗਾ, ਗ੍ਰੇ ਵੀ ਲਿੱਤਾ ਵਾਈਟ ਵੀ ਲਿੱਤਾ। ਹੁਣ ਇਹਦੇ ਆਪੇ ਜੁੱਤੀਆਂ ਮਾਰ ਦੋ, ਆਪੇ ਮਾਰ ਦੋ, ਐਲੋ 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 ਆਪੇ ਮਾਰ ਦੋ। ਦੱਸੋ ਗ੍ਰੇ ਤੇ ਵਾਈਟ 'ਚ? ਓ ਭਰਾਵਾ ਤੂੰ ਪਾਗਲ ਆ, ਚਲੋ ਆ ਚੇਂਜ ਕਰਾ ਲਾਂਗੇ ਆਪਾਂ ਇੱਕ। ਇਹਦੇ ਵਿੱਚ ਅਗਰ ਨੇਵੀ ਬਲੂ ਕਲਰ ਵਿੱਚ ਇੱਕ ਆ ਵੀ ਇਹਦੀ ਚੋਇਸ, ਇਹ ਮੇਰੀ ਚੋਇਸ ਆ, ਦੱਸੋ। ਹਾਂ ਦੱਸੋ, ਮਾੜੀ ਆ, ਠੀਕ ਆ। ਚੱਦ ਕਪੜੇ ਓਏ ਓ ਹਰਾਮ ਦਿਆ ਬਰਾਬਰ ਓ ਨਹੀਂ ਨਹੀਂ ਹੈਗਾ ਮੈਂ ਜੀਨਾ ਦੇਖੀਆਂ ਮੰਮੀ ਜੀਨਾ? ਹਾਂਜੀ ਹਾਂਜੀ ਬਾਈ, ਅੰਸ਼ੂ, ਅੰਸ਼ੂ ਉਹਦਾ ਨਾਮ। ਤੇ ਮੈਨੂੰ ਇਹ ਆ ਕਿ ਮੈਂ ਇਹ ਚੇਂਜ ਨਾ, ਇਹ ਸੋਹਣਾ ਲੱਗੂਗਾ ਯਾਰ। ਇਹ ਦੇਖਣਾ, ਇਹ ਸੂਟ ਬਣ ਗਿਆ ਮੰਮੀ, ਆ ਦੇਖਿਓ ਇਹ ਸੂਟ ਬਣ ਗਿਆ, ਇਹ ਥੱਲੇ ਵਾਈਟ ਸ਼ੂਜ਼। ਹਾਂ ਖਤਮ। ਉਹਦੇ ਵਿੱਚ ਵੀ ਕਹਿੰਦਾ 95 ਸੌ ਵੀ ਕਹਿੰਦਾ ਹੋਰ ਲੈਸ ਕਰੋ, 95 ਸੌ ਕੱਪੜੇ ਦਿਖਾਣ ਮੰਮਾ ਨੂੰ ਤੇ ਇੱਥੇ ਹੈਗੀ ਹੈ। ਉਹ ਯਾਰ ਉਹਨਾਂ ਨੇ ਇਨਵਾਈਟ ਕੀਤਾ, ਮੈਂ ਕਿਹਾ ਉਹ ਸ਼ੋਪਿੰਗ ਕਰਨ ਚੱਲੇ, ਬਸ ਥੈਂਕ ਯੂ, ਮੰਮੀ ਨੂੰ ਹੀ ਦੇ ਦਿੰਦਾ। ਮੰਮੀ ਉਹਨਾਂ ਦੇ ਘਰ ਫੰਕਸ਼ਨ ਨਹੀਂ ਗਿਆ, ਆਪਾਂ ਗਏ ਨੀ ਨਾ, ਉਹਨਾਂ ਨੇ ਭੇਜਿਆ। ਕਿਸ ਚੀਜ਼ ਦਾ ਫੰਕਸ਼ਨ? ਅੱਜ ਉਹਨੂੰ ਘਰ ਬਣ ਗਏ। ਹਾਂ ਬੁਲਾਇਆ ਤਾਂ, ਬੁਲਾਇਆ ਸਾਨੂੰ? ਕਿਸ ਕੋ ਬੋਲਾ ਥਾ ਮੰਮੀ, ਪਤਾ ਹੀ ਨਹੀਂ ਲੱਗਾ। ਅੰਸ਼ੂ ਨੂੰ ਗਿਆ ਸੀ। ਕਿਸ ਕੋ ਬੋਲਾ? ਜਿਹਨੂੰ ਬੋਲਿਆ ਹੈ ਨਾ, ਉਹਨੂੰ ਆਪੇ ਨਹੀਂ ਪਤਾ ਆਪੇ ਘਰ ਹੁੰਦਾ ਕਿ ਨਹੀਂ ਹੁੰਦਾ, ਮੈਨੂੰ ਪਤਾ ਹੀ ਨਹੀਂ। ਤਾਂ
ਸੋ ਅਗਰ ਅੰਕਲ ਤੁਸੀਂ ਵਲੌਗ ਦੇਖ ਰਹੇ ਹੋ ਤੇ ਸਾਨੂੰ ਮਾਫੀ ਕਰੀਓ, ਸਾਨੂੰ ਮਾਫੀ ਦਈਓ ਕਿਉਂਕਿ ਆਪਾਂ ਆ ਨਹੀਂ ਪਏ, ਪਲੱਸ ਜਿਹਨੂੰ ਤੁਸੀਂ ਦੱਸਿਆ ਸੀਗਾ ਉਹ ਤਾਂ ਘਰ ਦੇ ਵਿੱਚ ਹੁੰਦਾ ਹੀ ਨਹੀਂ। ਸੋ ਹੁਣ ਗਾਈਸ ਮੈਂ ਇਹ ਵਲੌਗ ਨੂੰ ਵੀ ਫਟਾਫਟ ਐਂਡ ਕਰਾਂ ਕਿਉਂਕਿ ਮੇਰਾ ਮਨ ਕਰਦਾ ਮੈਂ ਕਟਿੰਗ ਵਗੈਰਾ ਕਰਾ ਗਿਆ ਵਾ। ਦੇਖੋ ਯਾਰ ਤੇ ਹਜੇ ਮੈਂ ਕਮੈਂਟ ਵਾਲੀ ਵੀਡੀਓ ਬਣਾਉਣੀ ਹੈ, ਪਲੱਸ ਕੱਲ੍ਹ ਵੀ ਮੈਂ ਵਲੌਗ ਬਣਾਉਣਾ ਵਾ ਯਾਰ। ਮੈਂ ਬਹੁਤ ਜ਼ਿਆਦਾ ਥੱਕਿਆ ਆਇਆ ਵਾਂ ਕਿਉਂਕਿ ਦੇਖੋ ਯਾਰ 8 ਵਜੇ ਮੈਂ ਸੁੱਤਾ ਸੀਗਾ ਸਵੇਰੇ, 11 ਵਜੇ ਮੈਂ ਉੱਠ ਗਿਆ ਸੀਗਾ ਤੇ ਟਾਈਮ ਤੁਸੀਂ ਦੇਖ ਲਓ ਮੈਂ ਹਜੇ ਤੱਕ ਇੱਕ ਵਾਰੀ ਵੀ ਨਹੀਂ ਸੁੱਤਾ ਤੇ ਮੈਂ ਸਵੇਰ ਦੇ 4 ਵਲੌਗ ਐਡਿਟ ਕਰਤੇ, ਅੰਸ਼ੂ ਦਾ ਆਪਣੇ 2 ਵਲੌਗ, ਇੱਕ ਮੰਮੀ ਦਾ ਨਹੀਂ 5 ਵਲੌਗ, ਇੱਕ ਮੰਮੀ ਦੇ ਵੀ 2 ਸੀਗੇ। ਸੋ ਇਸ ਕਰਕੇ ਹੁਣ ਮੈਨੂੰ ਥੋੜ੍ਹੀ ਜਿਹੀ ਰੈਸਟ ਦਿਓ, ਮੈਂ ਹੁਣ ਮਤਲਬ ਮੈਂ ਵਲੌਗ ਪਾਵਾਂਗਾ ਹੁਣ, ਇਸ ਤੋਂ ਬਾਅਦ ਵੀ ਇੱਕ ਹੋਰ ਵਲੌਗ ਆਏਗਾ ਤੇ ਉਹ ਦੇਖਣਾ ਨਾ ਭੁੱਲਿਓ। ਫਿਲਹਾਲ ਹੁਣ ਮੈਂ ਚੱਲਦਾ ਤੇ ਮਿਲਦਾ ਨੈਕਸਟ ਵੀਡੀਓ ਦੇ ਵਿੱਚ, ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए। अब मैं भी जा रहा हूं, मुझे पैसों के पीछे भागना है। बाय।